ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਕਹਾਣੀਆਂ ਘਟਨਾਵਾਂ ਤੇ ਵੇਰਵੇ ਪਹਿਲਾ ਵੇਰਵਾ ਪ੍ਰੇਮੀ ਪ੍ਰੇਮਿਕਾ ਨੂੰ 5 ਸਾਲ ਇਹ ਜਾਣਨ ਚ ਲੱਗ ਜਾਂਦੇ ਹੈ ਕਿ ਅਸੀਂ ਇੱਕ ਦੂਜੇ ਬਿਨਾ ਨਹੀਂ ਰਹਿ ਸਕਦੇ ਤੇ ਅਜੇ ਅਨੁਭਵ ਕਾਰਨ ਉਹ ਵਿਆਹ ਕਰਵਾ ਲੈਂਦੇ ਹੈ ਪਰ ਵਿਆਹ ਤੋਂ 1 ਮਹੀਨੇ ਮਗਰੋਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇੱਕ ਦੂਜੇ ਨਾਲ ਨਹੀਂ ਰਹਿ ਸਕਦੇ ਅਗਲੀ ਘਟਨਾ ਅੰਗਰੇਜ਼ੀ ਦੀ ਪ੍ਰਸਿੱਧ ਨਾਵਲਕਾਰਾ ਜਾਰਜ ਇਲੀਟ ਮਰੀ ਦੂਜੇ ਪਤੀ ਦੀ ਗੋਦ ਵਿੱਚ ਸੀ ਪਰ ਉਹਦੀ ਇੱਛਾ ਨੂੰ ਪੂਰਾ ਕਰਦਿਆਂ ਉਹ ਦਫਨਾਈ ਪਹਿਲੇ ਪਤੀ ਦੇ ਨੇੜੇ ਗਈ ਸੀ ਪਹਿਲੇ ਪਤੀ ਨਾਲ ਉਹ 27 ਸਾਲ ਰਹੀ ਪਰ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ ਅਗਲੀ ਕਹਾਣੀ ਵਾਇਲਨ ਵਜਾਉਣ ਦੇ ਸ਼ੌਕੀਨ ਪੁੱਤਰ ਨੂੰ ਉਹਦੇ ਡਾਕਟਰ ਪਿਤਾ ਨੇ ਇਸ ਸ਼ਰਤ ਤੇ ਯੂਨੀਵਰਸਿਟੀ ਪੜ੍ਹਨ ਲਈ ਭੇਜ ਦਿੱਤਾ ਕਿ ਉੱਥੇ ਵਕੀਲ ਬਣਨ ਦੀ ਸਿੱਖਲਾਈ ਪ੍ਰਾਪਤ ਕਰੇ ਤੇ ਵਾਇਲਨ ਤੋਂ ਦੂਰ ਰਹੇ ਪੁੱਤਰ ਦਾਖਲ ਤਾਂ ਹੋ ਗਿਆ ਪਰ ਸਾਰਾ ਸਮਾਂ ਵਾਇਲਨ ਸਿੱਖਣ ਤੇ ਵਜਾਉਣ ਚ ਲਾਉਣ ਲੱਗਾ ਉਸਤਾਦ ਉਹਨੂੰ ਠੀਕ ਢੰਗ ਨਾਲ ਤਿਆਰ ਨਾ ਕਰ ਸਕਿਆ ਜਿਸ ਕਾਰਨ ਪਹਿਲੀ ਪੇਸ਼ਕਾਰੀ 'ਚ ਭਰਪੂਰ ਅਲੋਚਨਾ ਹੋਈ ਪਰ ਆਲੋਚਕ ਨੇ ਕਿਹਾ ਕਿ ਅਣਤਰਾਸ਼ਿਆ ਹੀਰ ਹੈ ਉਹਦੇ ਦੋ ਪ੍ਰਤੀਕਰਮ ਹੋ ਸਕਦੇ ਐ ਆਲੋਚਕਾਂ ਨੂੰ ਪੰਡ ਦਾ ਜਾਂ ਸਬਕ ਸਿੱਖਦਾ ਉਹ ਅਖਬਾਰ ਦੇ ਦਫ਼ਤਰ ਗਿਆ ਅਲੋਚਕ ਨੂੰ ਮਿਲਿਆ ਉਹ ਸ਼ਾਮ ਉਹਨੇ 70 ਸਾਲਾ ਲੋਚਕ ਨਾਲ ਗੁਜ਼ਾਰੀ ਆਪਣੇ ਨੁਕਸਾਂ ਤੇ ਘਾਟਾਂ ਬਾਰੇ ਜਾਣਿਆ ਤੇ ਉਹਨਾਂ ਨੂੰ ਸੁਧਾਰਨ ਸੰਬੰਧੀ ਸਲਾਹ ਮੰਗੀ ਅਲੋਚਕ ਨੇ ਕਿਹਾ ਇੱਕ ਭਰਪੂਰ ਯਤਨ ਹੋਰ ਕਰੋ ਉਹਨੇ ਬਾਕੀ ਪੇਸ਼ਕਾਰੀਆਂ ਮਨਕੂਹ ਕਰ ਦਿੱਤੀਆਂ ਦਿਨ ਰਾਤ 6 ਮਹੀਨੇ ਚੰਗੇ ਉਸਤਾਦਾਂ ਕੋਲੋਂ ਸਿਖਲਾਈ ਲਈ ਤੇ 26 ਸਾਲ ਦੀ ਉਮਰ 'ਚ ਉਹ ਯੂਰਪ ਦਾ ਹਰਮਨ ਪਿਆਰਾ ਵਾਇਲਨਿਸਟ ਬਣ ਗਿਆ ਤੇ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ ਉਹਨੂੰ ਸਫਲਤਾ ਇਸ ਕਰਕੇ ਮਿਲੀ ਕਿਉਂਕਿ ਉਹਨੇ ਆਪਣੀਆਂ ਕਮਜ਼ੋਰੀਆਂ ਸਵੀਕਾਰ ਕੀਤੀਆਂ ਤੇ ਉਹਨਾਂ ਨੂੰ ਮਿਹਨਤ ਨਾਲ ਦੂਰ ਕੀਤਾ। ਅਗਲੀ ਘਟਨਾ ਅਮਰੀਕਾ ਵਿੱਚ ਕਾਰਾਂ ਬਣਾਉਣ ਵਾਲੀ ਫੋਰਡ ਕੰਪਨੀ ਦੇ ਮਾਲਕ ਨੂੰ ਇੱਕ ਸੁਪਰਵਾਈਜ਼ਰ ਨੇ ਕਿਹਾ ਕਿ ਇੱਥੇ ਸਾਰੇ ਸਿਰ ਸੁੱਟ ਕੇ ਕੰਮ ਕਰ ਰਹੇ ਹਨ ਸਿਵਾਏ ਉਹ ਸਾਹਮਣੇ ਬੈਠੇ ਬੰਦੇ ਦੇ। ਉਹ ਕੁਰਸੀ ਤੇ ਬੈਠਾ ਸਟੂਲ ਤੇ ਲੱਤਾਂ ਰੱਖ ਕੇ ਬੈਠਾ ਰਹਿੰਦਾ। ਉਹ ਮੁਫਤ ਦੀ ਤਨਖਾਹ ਲੈ ਰਿਹਾ ਹੈ। ਕੰਪਨੀ ਦੇ ਮਾਲਕ ਨੇ ਕਿਹਾ ਉਹ ਵੀ ਕੰਮ ਕਰਦਾ ਹੈ। ਉਹਦਾ ਕੰਮ ਹੋਰਾਂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਵੇਖ ਕੇ ਕਾਰਗੁਜ਼ਾਰੀ ਸੁਧਾਰਨ ਦੇ ਢੰਗ ਤਰੀਕੇ ਸੋਚਣਾ ਹੈ। ਪਿਛਲੀ ਵਾਰ ਜਦੋਂ ਉਹਨੇ ਕੰਮ ਕਰਨ ਦਾ ਨਵਾਂ ਢੰਗ ਦੱਸਿਆ ਸੀ ਤਾਂ ਅਮਰੀਕਾ ਵਿੱਚ ਸਾਡੀਆਂ ਕਾਰਾਂ ਤੀਜੇ ਤੋਂ ਦੂਜੇ ਨੰਬਰ ਤੇ ਆ ਗਈਆਂ ਸਨ। ਉਹਦਾ ਕੰਮ ਸੋਚਣਾ ਹੈ। ਅਗਲੀ ਕਹਾਣੀ ਜੋੜੇ ਦੀ ਆਪਸ ਵਿੱਚ ਅਣਬਣ ਸੀ ਤੇ ਸਾਂਝੇ ਮਿੱਤਰ ਦੇ ਕਹਿਣ ਤੇ ਉਹ ਇੱਕ ਸਲਾਹਕਾਰ ਕੋਲ ਗਏ ਜਾ ਕੇ ਉਹ ਦੋਵੇਂ ਇੱਕੋ ਵੇਲੇ ਇੱਕ ਦੂਜੇ ਤੋਂ ਉੱਚਾ ਬੋਲਣ ਲੱਗ ਪਏ ਜਦੋਂ ਥੱਕ ਕੇ ਚੁੱਪ ਹੋਏ ਤਾਂ ਸਲਾਹਕਾਰ ਨੇ ਕਿਹਾ ਤੁਸੀਂ ਦੱਸ ਦਿੱਤਾ ਕਿ ਤੁਹਾਨੂੰ ਇੱਕ ਦੂਜੇ 'ਚ ਕੀ ਚੰਗਾ ਨਹੀਂ ਲੱਗਦਾ ਹੁਣ ਤੁਹਾਨੂੰ ਇੱਕ ਦੂਜੇ 'ਚ ਜੋ ਚੰਗਾ ਲੱਗਦਾ ਹੈ ਉਹ ਦੱਸੋ ਦੋਵੇਂ ਚੁੱਪ ਹੋ ਗਏ ਚੁੱਪ ਰਹਿ ਗਏ ਉਨ੍ਹਾਂ ਦੀ ਚੁੱਪ ਨੂੰ ਜਾਣ ਕੇ ਸਲਾਹਕਾਰ ਨੇ ਦੋਹਾਂ ਨੂੰ ਕਾਗਜ਼ ਕਲਮ ਦੇ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਬਿਠਾ ਦਿੱਤਾ ਤੇ ਕਿਹਾ ਦੂਜੇ ਬਾਰੇ ਜੋ ਚੰਗਾ ਲੱਗਦਾ ਹੈ ਉਹ ਲਿਖੋ ਪਹਿਲਾਂ ਦੋਵੇਂ ਕੋਰੇ ਕਾਗਜ਼ ਵੱਲ ਵੇਖਦੇ ਰਹੇ ਕੁਛ ਚਿਰ ਮਗਰੋਂ ਪਤੀ ਲਿਖਣ ਲੱਗ ਪਿਆ ਫਿਰ ਪਤਨੀ ਵੀ ਲਿਖਣ ਲੱਗ ਪਈ ਦੋਹਾਂ ਨੇ ਲਿਖ ਕੇ ਕਾਗਜ਼ ਭਰ ਦਿੱਤਾ ਸਲਾਹਕਾਰ ਨੇ ਪਤੀ ਦਾ ਕਾਗਜ਼ ਪਤਨੀ ਨੂੰ ਤੇ ਪਤਨੀ ਦਾ ਕਾਗਜ਼ ਪਤੀ ਨੂੰ ਸੰਭਾਲਦਿਆਂ ਪੜਨ ਲਈ ਕਿਹਾ ਪੜਦਿਆਂ ਪਤਨੀ ਦੀ ਅੱਖਾਂ ਚਥਰੂ ਆ ਗਈ ਪਤੀ ਨੇ ਪਤਨੀ ਬਾਰੇ ਚੰਗੀਆਂ ਗੱਲਾਂ ਪ੍ਰਸ਼ੰਸਾਮਈ ਸ਼ਬਦਾਂ ਚ ਲਿਖੀਆਂ ਸਨ ਪਤਨੀ ਨੇ ਭਾਵੇਂ ਪ੍ਰਸ਼ੰਸਾ ਨਹੀਂ ਕੀਤੀ ਪਰ ਪਤੀ ਦੀਆਂ ਚੰਗੀਆਂ ਆਦਤਾਂ ਦਰਜ ਕੀਤੀਆਂ ਸਨ ਪਤੀ ਦੀ ਪ੍ਰਸ਼ੰਸਾ ਨੇ ਪਤਨੀ ਦੇ ਸਾਰੇ ਗਿਲੇ ਸ਼ਿਕਵੇ ਹੁੰਝ ਦਿੱਤੇ ਸਨ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚਲੇ ਗਏ ਸਲਾਹਕਾਰ ਨੇ ਰਿਸ਼ਤਿਆਂ ਦੀ ਗੁੰਝਲ ਨੂੰ ਬੜੇ ਸਰਲ ਢੰਗ ਨਾਲ ਹੱਲ ਕਰ ਦਿੱਤਾ ਸੀ ਅਗਲਾ ਵੇਰਵਾ ਹੁਣ ਸ਼ਹਿਰ ਕੁਝ ਇਸ ਪ੍ਰਕਾਰ ਦੇ ਹੋ ਗਏ ਹਨ ਕਿ ਪੰਛੀਆਂ ਨੂੰ ਪੀਣ ਲਈ ਕਿਧਰੇ ਪਾਣੀ ਨਹੀਂ ਮਿਲਦਾ ਸੋ ਪੰਛੀਆਂ ਲਈ ਇੱਕ ਚੌੜੇ ਮੂੰਹ ਵਾਲਾ ਕਟੋਰਾ ਪਾਣੀ ਦਾ ਭਰ ਕੇ ਆਪਣੇ ਘਰ 'ਚ ਬਾਹਰ ਖੁੱਲੀ ਥਾਂ ਰੱਖੋ ਪੰਛੀ ਆਉਣ ਲੱਗ ਪੈਣਗੇ ਰੋਜ਼ ਪਾਣੀ ਬਦਲੋ ਇਹਨੂੰ ਆਪਣਾ ਨਿਤ ਨਿਯਮ ਬਣਾਓ ਤੁਹਾਡੀ ਸੋਚ ਚੜ੍ਹਦੀ ਕਲਾ ਵਾਲੀ ਹੋ ਜਾਏਗੀ ਜੇ ਪਾਣੀ ਰੱਖਦੇ ਰਹੋਗੇ ਤਾਂ ਪੰਛੀ ਆਪ ਹੀ ਨਹੀਂ ਆਉਣਗੇ ਹੋਰਾਂ ਨੂੰ ਵੀ ਨਾਲ ਲਿਆਉਣਗੇ ਤੇ ਤੁਹਾਡਾ ਘਰ ਉਹਨਾਂ ਦਾ ਤੀਰਥ ਸਥਾਨ ਬਣ ਜਾਏਗਾ ਪੰਛੀਆਂ ਦੀ ਦੋਸਤੀ ਤੁਹਾਨੂੰ ਪਰਸੰਨ ਰੱਖੇਗੀ ਜਦੋਂ ਪੰਛੀ ਜਾਣ ਜਾਂਦੇ ਹਨ ਕਿ ਇਹ ਇਨਸਾਨ ਸਾਡਾ ਸ਼ੁਭਜਨਤਕ ਹੈ ਤਾਂ ਉਸ ਦੇ ਨੇੜੇ ਹੋ ਜਾਂਦੇ ਹਨ ਤੇ ਉਹਦੀ ਇੱਕਲ ਨੂੰ ਭਰ ਦਿੰਦੇ ਹਨ ਅਗਲਾ ਵਿਰਵਾ ਹਿਟਲਰ ਯਹੂਦੀਆਂ ਵਿਰੁੱਧ ਸੀ ਈਸਾਈ ਧਰਮ ਦੇ ਬਾਨੀ ਈਸਾ ਨੂੰ ਇੱਕ ਯਹੂਦੀ ਰਾਜੇ ਨੇ ਸੂਲੀ ਤੇ ਟੰਗਿਆ ਸੀ ਜਰਮਨ ਆਰੀਅਨ ਸਨ ਹਿਟਲਰ ਜਰਮਨਾਂ ਨੂੰ ਕਹਿੰਦਾ ਸੀ ਤੁਸੀਂ ਸੰਸਾਰ ਤੇ ਰਾਜ ਕਰਨ ਲਈ ਜੰਮੇ ਹੋ ਇਹਨਾਂ ਸਾਮੀ ਗੈਰਯਾਰੀਆਂ ਨਸਲ ਦੇ ਯਹੂਦੀਆਂ ਦੇ ਗੁਲਾਮ ਕਿਉਂ ਹੋ ਜਰਮਨੀ ਦੇ 80% ਡਾਕਟਰ ਪ੍ਰੋਫੈਸਰ ਵਪਾਰੀ ਆਦਿ ਯਹੂਦੀ ਸਨ ਸਾਰੇ ਬੈਂਕ ਯਹੂਦੀਆਂ ਦੇ ਸਨ ਹਿਟਲਰ ਨੇ ਯੁੱਧ ਵਾਸਤੇ ਕਾਰਖਾਨੇ ਲਾਉਣ ਜਹਾਜ਼ ਬਣਾਉਣ ਲਈ ਕਰਜ਼ਾ ਮੰਗਿਆ ਯਹੂਦੀ ਬੈਂਕਾਂ ਨੇ ਨਾ ਦਿੱਤਾ ਹਿਟਲਰ ਨੇ ਬੈਂਕਾਂ ਤੇ ਕਬਜ਼ਾ ਕਰ ਲਿਆ ਵਪਾਰ ਖੋ ਲਿਆ ਯਹੂਦੀਆਂ ਦੀ თან ਜਰਮਨ ਨਿਯੁਕਤ ਕੀਤੀ। ਇਵੇਂ ਜਰਮਨ ਵਿੱਚੋਂ ਜਰਮਨੀ ਵਿੱਚੋਂ ਯਹੂਦੀ ਕੱਢਣ ਦੀ ਪ੍ਰਕਿਰਿਆ ਆਰੰਭ ਹੋਈ। ਥੀਏਟਰਾਂ 'ਚ ਯਹੂਦੀ ਨਾਟਕਾਂ ਤੇ ਅਦਾਕਾਰਾਂ 'ਤੇ ਪਾਬੰਦੀ ਲਾਤੀ। ਯਹੂਦੀ ਹੋਣਾ ਜੁਰਮ ਹੋ ਗਿਆ। ਕੋਈ ਜਰਮਨ ਸੜਕ 'ਤੇ ਜਾਂਦੇ ਯਹੂਦੀ ਇਸਤਰੀ-ਪੁਰਸ਼ ਤੋਂ ਆਪਣੇ ਘਰ ਦੀ ਮੁਫਤ ਸਫਾਈ ਕਰਵਾ ਸਕਦਾ ਸੀ। ਜਿਉਂਦੇ ਹੀ ਨਹੀਂ ਮਰੇ ਯਹੂਦੀ ਲੇਖਕਾਂ 'ਤੇ ਵੀ ਪਾਬੰਦੀ ਲਾਤੀ ਗਈ। ਯਹੂਦੀ ਕਿਸੇ ਪਾਰਕ ਦੇ ਕਿਸੇ ਬੈਂਚ ਤੇ ਨਹੀਂ ਸੀ ਬਹਿ ਸਕਦੇ ਪੈਸਾ ਬਾਹਰ ਭੇਜਣ ਤੇ ਪਾਬੰਦੀ ਲੱਗ ਗਈ ਭਾਰੀ ਟੈਕਸ ਲਾਗੂ ਕਰ ਦਿੱਤੇ 60 ਲੱਖ ਨਾਲੋਂ ਵਧੇਰੇ ਯਹੂਦੀਆਂ ਨੂੰ ਗੈਸ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਉਹਨਾਂ ਦੇ ਦੰਦਾਂ ਚੋਂ ਸੋਨਾ ਕੱਢਿਆ ਗਿਆ ਜਦੋਂ ਕਿਸੇ ਯਹੂਦੀ ਮਰਦ ਨੂੰ ਜਰਮਨ ਪੁਲਿਸ ਫੜ ਲੈਂਦੀ ਸੀ ਤਾਂ ਉਹਦੀ بیوی ਉਸੇ ਦਿਨ ਤੋਂ ਆਪਣੇ ਆਪ ਨੂੰ ਵਿਧਵਾ ਮੰਨਣ ਲੱਗ ਪੈਂਦੀ ਸੀ ਅਗਲੀ ਘਟਨਾ ਲੇਖਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰੂਸੀ ਕਵੀ ਉਸੇ ਮੈਂਡਲਸਟਾਰ ਨੇ ਆਪਣੀ ਕਵਿਤਾ 'ਚ ਆਪਣੇ ਕਵੀ ਸਾਥੀਆਂ ਦਾ ਕਤਲ ਕਰਵਾ ਦੇਣ ਵਾਲੇ ਸਟਾਲਿਨ ਦੀ ਨਿੰਦਾ ਕੀਤੀ ਸੀ ਇਹ ਕਵਿਤਾ ਜੇ ਛਪੀ ਨਹੀਂ ਸੀ ਪਰ ਸਟਾਲਨ ਦੇ ਜਸੂਸਾਂ ਨੂੰ ਪਤਾ ਲੱਗ ਗਿਆ ਸੀ ਅਖਬਾਰਾਂ ਨੂੰ ਛਾਪਣ ਤੋਂ ਮਨਾ ਕਰ ਦਿੱਤਾ ਗਿਆ ਸੀ ਪਤਾ ਹੀ ਨਾ ਲੱਗਿਆ ਕਵੀ ਕਿੱਥੇ ਗਿਆ ਬੰਗਾਲੀ ਨਾਵਲਕਾਰ ਸ਼ਰਤਚੰਦਰ ਦਾ ਚਰਿੱਤਰਹੀਨ ਨਾਵਲ 1917 'ਚ ਛਪਿਆ ਲੇਖਕ ਦਾ ਮਹੱਲੇ ਚ ਰਹਿਣਾ ਮੁਸ਼ਕਿਲ ਹੋ ਗਿਆ ਇਸ ਪੁਸਤਕ ਨੂੰ ਹੱਥ ਲਾਉਣਾ ਵਰਜਿਤ ਸੀ ਗੱਲ ਕਰਨੀ ਮਨਾ ਸੀ ਅਜੇ ਪੁਸਤਕ ਬੰਗਾਲੀ ਨਹੀਂ ਸਾਰੇ ਭਾਰਤੀ ਸਾਹਿਦ ਦੀ ਮਾਨਯੋਗ ਪ੍ਰਾਪਤੀ ਮੰਨੀ ਜਾਂਦੀ ਹੈ ਸੋਜ਼ੇ ਵਤਨ ਨਾਂ ਦੀ ਕਿਤਾਬ Munshi Premchand ਦੀ Munshi Premchand ਨੇ Nawab Rai ਦੇ ਕਲਮੀ ਨਾਂ ਥੱਲੇ ਛਪਵਾਈ ਖੁਫੀਆ ਵਿਭਾਗ ਨੇ ਰਿਪੋਰਟ ਭੇਜੀ Munshi ਜੀ ਨੂੰ ਉਸ ਦੇ ਅਫਸਰ ਨੇ ਬੁਲਾਇਆ ਤੇ ਕਿਹਾ ਇਹ ਅੰਗਰੇਜ਼ੀ ਸਰਕਾਰ ਹੈ ਜੇ ਮੁਗਲਾਂ ਦੀ ਹਕੂਮਤ ਹੁੰਦੀ ਤੇਰੇ ਦੋਵੇਂ ਹੱਥ ਕੱਟ ਦਿੱਤੇ ਜਾਣੇ ਸੀ ਸਾਰੀਆਂ ਕਿਤਾਬਾਂ ਸਰਕਾਰ ਦੇ ਹਵਾਲੇ ਕਰ ਦਿੱਤੀਆਂ ਜਾਂ ਜਾਣ ਪ੍ਰੇਮ ਚੰਦ ਨੇ ਆਪਣੀਆਂ ਕਿਤਾਬਾਂ ਨਵਾਬ ਰਾਏ ਦੇ ਨਾਂ ਅਧੀਨ ਛਪਾਉਣੀਆਂ ਬੰਦ ਕੀਤੀਆਂ ਇਵੇਂ ਭਾਰਤ ਦੇ ਹਿੰਦੀ ਸਾਹਿਤ ਮੁਨਸ਼ੀ ਪ੍ਰੇਮ ਚੰਦ ਦਾ ਜਨਮ ਹੋਇਆ ਅਗਲੀ ਘਟਨਾ ਬਹੁਤੇ ਮੁੱਖੇ ਬਾਜ਼ ਵਿਰੋਧੀ ਦੇ ਮੁੱਕਿਆਂ ਦਾ ਵਿਸ਼ਲੇਸ਼ਣ ਕਰਦੇ ਹਨ ਜਦ ਕਿ ਵੱਡੇ ਤੇ ماہر ਮੁੱਕੇਬਾਜ਼ ਵਿਰੋਧੀ ਦੀਆਂ ਲੱਤਾਂ ਦਾ ਵਿਸ਼ਲੇਸ਼ਣ ਕਰਦੇ ਹਨ ਕਿਉਂਕਿ ਜਦੋਂ ਲੱਤਾਂ ਲੜਖੜਾ ਜਾਂਦੀਆਂ ਹਨ ਤਾਂ ਸੰਤੁਲਨ ਨਾ ਰਹਿਣ ਕਾਰਨ ਮੁੱਕੇ ਨਕਾਰਾ ਹੋ ਜਾਂਦੇ ਹਨ ਮਹਮਦ ਅਲੀ ਤੇ ਫਰੇਜ਼ੀਅਰ ਵਰਗੇ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਵਿਰੋਧੀ ਦਾ ਸਵੈ ਵਿਸ਼ਵਾਸ ਤੋੜਦੇ ਸਨ ਜਦੋਂ ਵਿਰੋਧੀ ਦਾ ਮਨ ਕਾਬੂ ਚ ਆ ਜਾਏ ਤਾਂ ਉਹਦਾ ਸਰੀਰ ਵੀ ਕਾਬੂ ਚ ਆ ਜਾਂਦਾ ਹੈ ਐਵੇਂ ਜੋੜ ਕਿਸੇ ਵੀ ਢਾਂਚੇ ਦੀ ਸਭ ਤੋਂ ਕਮਜ਼ੋਰ ਥਾਂ ਹੁੰਦੀ ਹੈ ਢਾਂਚੇ ਨੂੰ ਤੋੜਨ ਲਈ ਉਹਦਾ ਜੋੜ ਤੋੜਿਆ ਜਾਂਦਾ ਹੈ ਚੇਸ ਨਾਲ ਉਹਦੀ ਗੁਰੂਤਾ ਦਾ ਕੇਂਦਰ ਡੋਲ ਜਾਂਦਾ ਤੇ ਸਾਰਾ ਟੰਚਾ ਡਗਮਗਾ ਜਾਂਦਾ ਧੰਨਵਾਦ